ਇੱਕ ਮਿੰਟ ਹਾਂਜੀ ਸਾਰੇ ਅਨੰਦਪੁਰ ਸਾਹਿਬ ਸਪੋਰਟਸ ਐਂਡ ਕਲਚਰ ਕਲੱਬ ਦੇ ਮੈਂਬਰ ਉਹਨਾਂ ਨੂੰ ਬੇਨਤੀ ਹੈ ਚੱਠਾ ਸਾਹਿਬ ਸਰਦਾਰ ਸੁਰਜਨ ਸਿੰਘ ਜੀ ਚੱਠਾ ਸਾਹਿਬ ਨੂੰ ਵੀ ਕਿ ਮੈਦਾਨ ਲੱਕੀ ਕੁਰਾਲੀ ਦਾ ਮਾਣ ਸਨਮਾਨ ਹੋਵੇਗਾ। ਲੱਕੀ ਕੁਰਾਲੀ ਬਾਰੇ ਮੈਂ ਦੱਸ ਦਿਆਂ ਦਰਸ਼ਕ ਵੀਰੋ, ਇਹਨੇ ਦੋ ਖੇਡਾਂ ਦੇ ਵਿੱਚ ਮਹਾਰਤ ਹਾਸਲ ਕੀਤੀ। ਸਪੋਰਟਸ ਸਕੂਲ ਸਪੋਰਟਸ ਕਾਲਜ ਜਲੰਧਰ ਪੜ੍ਹਿਆ, ਅਥਲੈਟਿਕ ਦੇ ਵਿੱਚ ਆਲ ਇੰਡੀਆ ਯੂਨੀਵਰਸਿਟੀ ਦਾ ਮੈਡਲਿਸਟ। ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਅਤੇ ਉਸ ਤੋਂ ਬਾਅਦ ਕਬੱਡੀ ਖੇਡਿਆ ਅਤੇ ਸਿਖਰ ਦੀ ਕਬੱਡੀ ਖੇਡਿਆ, ਅੰਤਰਰਾਸ਼ਟਰੀ ਪੱਧਰ 'ਤੇ ਕਬੱਡੀ ਖੇਡਿਆ। ਸੋ ਅੱਜ ਲੱਕੀ ਕੁਰਾਲੀ ਦਾ ਵਿਸ਼ੇਸ਼ ਤੌਰ 'ਤੇ ਮਾਣ ਹੋਣ ਜਾ ਰਿਹਾ। ਸਾਰੇ ਅਨੰਦਪੁਰ ਸਾਹਿਬ ਸਪੋਰਟਸ ਐਂਡ ਕਲਚਰ ਕਲੱਬ ਦੇ ਮੇਰੇ ਵੀਰ, ਉਹਨਾਂ ਨੂੰ ਬੇਨਤੀ ਹੈ ਕਿ ਉਹ ਮੈਦਾਨ ਦੇ ਵਿੱਚ ਪਹੁੰਚ ਜਾਣ, ਬੜੀ ਮਿਹਰਬਾਨੀ ਹੋਵੇਗੀ। ਵਾਹ ਜੀ ਵਾਹ। ਮੈਂ ਜੀਆਂ ਨੂੰ ਆਖਦਾ ਹਾਂ, ਸ਼੍ਰੀ ਵਿਜੇ ਸ਼ਰਮਾ ਜੀ, ਟਿੰਕੂ ਜੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ, ਅਤੇ ਜੈਲਦਾਰ ਸਤਵਿੰਦਰ ਸਿੰਘ ਜੀ ਚਾੜੀਆ ਸਾਹਿਬ, ਚੇਅਰਮੈਨ ਮਾਰਕੀਟ ਕਮੇਟੀ ਰੋਪੜ ਸਾਹਿਬ ਦਾ ਵੀ ਇੱਥੇ ਪਹੁੰਚਣ 'ਤੇ ਸਵਾਗਤ। ਅੰਮ੍ਰਿਤ ਟੰਡੇ ਦਾ ਭਾਣਜਾ ਅਤੇ ਨਾਲ ਅਜੇ ਉਹ ਵੀ ਪਹੁੰਚ ਗਿਆ ਸਾਡਾ ਵੀਰ ਅਵਤਾਰ ਸਿੰਘ ਟੰਡੇ ਦਾ ਲਖਤੇ ਜਿਗਰ, ਮੈਂ ਉਹਨਾਂ ਦਾ ਵੀ ਸਵਾਗਤ ਕਰਦਾ। ਸਾਨੂੰ ਬੇਨਤੀ ਹੈ ਕਿ ਮੈਦਾਨ ਦੇ ਵਿੱਚ ਪਹੁੰਚ ਜਾਓ। ਹੈਲੋ, ਲੱਕੀ ਕੁਰਾਲੀ ਜੀ ਦਾ ਸਨਮਾਨ ਹੋਵੇਗਾ। ਲੱਕੀ ਜੀ ਜਿਹੜਾ ਬਾਹ ਹਿਲਾ ਕੇ ਸਾਰਿਆਂ ਨਾਲ ਜਾਤੀ ਜਾਣ ਪਛਾਣ ਕਰ ਲਓ। ਕੋਸ਼ਲ ਸਾਹਿਬ ਮਾਫੀ ਚਾਹਾਂਗੇ। ਹਾਂਜੀ ਹਾਂਜੀ, ਸਾਰੇ ਅਨੰਦਪੁਰ ਸਾਹਿਬ ਸਪੋਰਟਸ ਐਂਡ ਕਲਚਰ ਕਲੱਬ ਦੇ ਮੈਂਬਰ ਸਾਹਿਬਾਨ, ਸਾਰਾ ਮੀਡੀਆ, ਹੈਲੋ, ਮੈਦਾਨ ਦੇ ਵਿੱਚ ਪਹੁੰਚ ਜਾਏ। ਕੋਸ਼ਲ ਸਾਹਿਬ, ਹਾਂਜੀ ਸਰ, ਲੱਕੀ ਕੁਰਾਲੀ ਦਾ, ਹਾਂਜੀ, ਲੱਕੀ ਕੁਰਾਲੀ ਉਹ ਸ਼ਖਸੀਅਤ ਆ ਮੇਰੇ ਵੀਰੋ, ਜਿਹਨੇ ਆਪਣੇ ਸਮਿਆਂ ਵਿੱਚ ਬੜੀ ਟੌਪ ਦੀ ਕਬੱਡੀ ਖੇਡੀ ਹੈ ਔਰ ਅੱਜ ਬਤੌਰ ਕਿਹੜੇ ਟੀਮ ਪੰਜਾਬੀ ਦਾ ਮੇਨ ਐਂਕਰ ਹੈ ਸਾਡਾ ਵੀ ਲੱਕੀ ਕੁਰਾਲੀ ਵਾਲਾ, ਲੰਮੇ ਸਮੇਂ ਤੋਂ ਕਬੱਡੀ ਨਾਲ ਜੁੜਿਆ ਹੋਇਆ ਹੈ ਔਰ ਮਾਲਪੁਰ ਦੇ ਫੁੱਟਬਾਲ ਕਲੱਬ ਦੇ ਵੱਲੋਂ ਸਰਦਾਰ ਸੁਰਜਨ ਸਿੰਘ ਜੀ ਚੱਠਾ ਸਾਹਿਬ ਪ੍ਰਧਾਨ, ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਔਰ ਲੱਕੀ ਕੁਰਾਲੀ ਦਾ ਵੱਡਾ ਮਾਣ ਸਨਮਾਨ ਸਾਡੀ ਖੇਡ ਕਲੱਬ ਦੇ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਸਪੋਰਟਸ ਐਂਡ ਕਲਚਰ ਕਲੱਬ UK ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਐਂਡ ਕਲਚਰ ਕਲੱਬ ਦੇ ਵੱਲੋਂ ਵੱਡਾ ਮਾਣ ਸਨਮਾਨ ਲੱਕੀ ਕੁਰਾਲੀ ਦਾ ਮਾਲਪੁਰ ਦੀ ਫੁੱਟਬਾਲ ਦੀ ਸਮੁੱਚੀ ਟੀਮ ਦੇ ਵੱਲੋਂ ਸਰਦਾਰ ਸੁਰਜਨ ਸਿੰਘ ਜੀ ਚੱਠਾ ਸਾਹਿਬ ਜੀ ਨਾਲ ਪ੍ਰਧਾਨ ਜੀ ਦਾ ਵੱਡਾ ਮਾਣ ਸਨਮਾਨ ਕੀਤਾ ਜਾ ਰਿਹਾ। ਜ਼ੋਰਦਾਰ ਤਾੜੀ ਮਾਰ ਦਿਓ, ਜ਼ੋਰਦਾਰ ਤਾੜੀ ਮਾਰ ਦਿਓ। ਇਹ ਰੰਗਲੇ ਪੰਜਾਬ ਦੇ ਮਾਂ ਖੇਡ ਕਬੱਡੀ ਦੇ ਉਹ ਅਨਮੋਲ ਹੀਰੇ ਜਿਹੜੇ ਸਨਮਾਨੇ ਗਏ ਹੈ, ਜਿਨ੍ਹਾਂ ਨੇ ਸਾਰਾ ਜੀਵਨ ਕਬੱਡੀ ਨੂੰ ਸਮਰਪਿਤ ਕੀਤਾ ਮੇਰੇ ਵੀਰਿਓ। ਹਾਂਜੀ, ਉੱਧਰ ਬਾਬਾ ਜੀ ਸਾਡੇ